ਜਦੋਂ ਅਸੀਂ ਪਹਿਲੀ ਐਗਜ਼ੈਕਟਿਵ ਦੀ ਮੀਟਿੰਗ ਕੀਤੀ ਸੀ ਉਸ ਵੇਲੇ ਐਲਾਨ ਕੀਤਾ ਸੀ ਕਿ ਹਰ 3 ਮਹੀਨਿਆਂ ਬਾਅਦ ਇੱਕ ਮੀਟਿੰਗ ਹੋਇਆ ਕਰੇਗੀ ਮੈਂਬਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਉਹਨਾਂ ਕੋਲੋਂ ਸਾਰੀ ਫੀਡਬੈਕ ਵੀ ਲਿਆ ਜਾਇਆ ਕਰੇਗੀ ਉਹਨਾਂ ਦੇ ਕੀ ਉਹ ਮਹਿਸੂਸ ਕਰਦੇ ਆ ਕੀ ਹੋਣਾ ਚਾਹੀਦਾ ਸੁਝਾਅ ਵੀ ਲੈ ਕੇ ਜਾਇਆ ਕਰਨਗੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਜਿਸ ਦਿਨ ਹੀ 3 ਮਹੀਨੇ ਹੋਏ ਸੀ ਉਸੇ ਦਿਨ ਪਹਿਲਾਂ ਮੈਂ ਕਿਉਂਕਿ ਜੇ ਅਸੀਂ ਸਾਰੇ ਸੱਦ ਲਈਏ ਤਾਂ ਇੰਨਾ ਟਾਈਮ ਅਸੀਂ 3-4 ਘੰਟੇ ਲੱਗ ਜਾਂਦੇ ਹੈ ਹੋ ਸਕਦਾ ਸਾਰਿਆਂ ਨੂੰ ਉਹ ਸਮਾਂ ਨਾ ਖੁੱਲ੍ਹ ਕੇ ਮਿਲੇ ਜਿਹੜੇ ਕਿ ਇਕੱਲਾ ਜਿਹੜਾ ਉਹ ਗੱਲ ਕਰਦਾ ਪਹਿਲਾਂ ਅਸੀਂ ਦੁਆਬੇ ਖੇਤਰ 'ਚੋਂ ਅਤੇ ਮਾਝੇ ਦੇ ਖੇਤਰ 'ਚੋਂ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਮੈਂਬਰ ਬੁਲਾਏ ਸੀ ਸਾਰੇ ਮੈਂਬਰਾਂ ਨੇ ਖੁੱਲ੍ਹ ਕੇ ਵਿਚਾਰ ਦਿੱਤੇ ਸੀ ਅਤੇ ਖੁੱਲ੍ਹ ਕੇ ਸੁਝਾਅ ਦਿੱਤੇ ਸੀ ਅਤੇ ਖੁੱਲ੍ਹ ਕੇ ਫੀਡਬੈਕ ਜਿਹੜੀ ਦਿੱਤੀ ਸੀ ਅੱਜ ਵੀ ਪੂਰੇ ਮਾਲਵੇ ਦੇ ਮੈਂਬਰ ਆਏ ਔਰ ਉਹਨਾਂ ਨੇ ਵੀ ਸਾਰਿਆਂ ਨੇ ਆਪਣੇ ਖੁੱਲ੍ਹ ਕੇ ਵਿਚਾਰ ਦੱਸੇ ਅਤੇ ਖੁੱਲ੍ਹ ਕੇ ਫੀਡਬੈਕ ਜਿਹੜੀ ਆਈ ਹੈ ਉਹਨਾਂ ਨੇ ਸਾਨੂੰ ਦੱਸੀ ਔਰ ਮੇਰੀ ਤਸੱਲੀ ਹੋਈ ਹੈ ਕਿ ਮੈਂਬਰ ਸਾਹਿਬਾਨਾਂ ਨੇ ਮਹਿਸੂਸ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਕਾਰਜ ਕੀਤੇ ਜਾ ਰਹੇ ਹੈ ਉਹਨਾਂ ਦੀ ਸ਼ਲਾਘਾ ਵੀ ਕੀਤੀ ਹੈ ਔਰ ਜੋ ਨਨਕਾਣਾ ਸਾਹਿਬ ਦੇ ਸਾਕੇ ਦੇ ਸੰਬੰਧ ਵਿੱਚ ਅਸੀਂ ਸਮਾਗਮ ਕੀਤਾ ਸੀ ਉਹਦੀ ਵੀ ਉਹਨਾਂ ਨੇ ਬਹੁਤ ਖੁਸ਼ੀ ਮਹਿਸੂਸ ਕੀਤੀ ਹੈ ਕਿ ਇਹਦੇ ਨਾਲ ਲੋਕਾਂ ਦੇ ਵਿੱਚ ਬੜਾ ਵੱਡਾ ਅਸਰ ਗਿਆ ਬਹੁਤ ਵੱਡਾ ਇਤਿਹਾਸ ਦਾ ਪਤਾ ਲੱਗਾ ਜਿਹੜੀ ਗੱਲ ਦਾ ਨਹੀਂ ਸੀ ਪਤਾ ਲੱਗਦਾ ਹੁੰਦਾ ਉਸ ਗੱਲ ਦਾ ਵੀ ਪਤਾ ਲੱਗਾ ਵੀ ਸਮਰਥਕ ਹੀ ਮੈਂਬਰ ਸਨ ਜਾਂ ਜਿਹੜੇ ਅਕਸਰ ਵਿਰੋਧ ਕਰਦੇ ਵੀ ਕਈ ਵਾਰੀ ਨਜ਼ਰ ਆਉਂਦੇ ਉਹਨਾਂ ਮੈਂਬਰਾਂ ਨੂੰ ਵੀ ਵਿੱਚ ਸ਼ਾਮਿਲ ਕੀਤਾ ਦੇਖੋ ਅਸੀਂ ਇਕੱਲੇ ਨੂੰ ਫੋਨ ਕੀਤਾ ਈਵਨ ਜਿਹੜੇ ਅੱਜ ਨਹੀਂ ਵੀ ਆਏ ਨਾ ਕੋਈ 2-3-4 ਅਸੀਂ ਉਹਨਾਂ ਨੂੰ ਵੀ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਤੁਸੀਂ ਸਾਨੂੰ ਆਵਾਜ਼ ਮਾਰੀ ਹੈ ਅਤੇ ਅੱਜ ਜਿਹੜੇ ਜਿਹੜੇ ਮੈਂਬਰ ਸਾਡੇ ਵਿਰੋਧੀ ਸੁਰ ਆਪਣੇ ਆਪ ਨੂੰ ਸਮਝਦੇ ਸੀ ਅੱਜ ਉਹ ਵੀ ਵਿੱਚ ਬੈਠੇ ਹੋਏ ਉਸ ਦਿਨ ਵੀ ਆਏ ਸੀ ਅੱਜ ਵੀ ਆਏ ਔਰ ਉਹਨਾਂ ਨੇ ਵੀ ਬੜੀ ਤਸੱਲੀ ਪ੍ਰਗਟ ਕੀਤੀ ਔਰ ਬੜੇ ਖੁਸ਼ ਹੋਏ ਆ ਕਿ ਮੈਂ ਉਹਨਾਂ ਨੂੰ ਇੱਕੋ ਬੇਨਤੀ ਕੀਤੀ ਹੈ ਕਿ ਸਿਆਸੀ ਤੌਰ 'ਤੇ ਸਾਡੀ ਵਿਚਾਰਧਾਰਾ ਵੱਖਰੀ ਵੱਖਰੀ ਹੋ ਸਕਦੀ ਹੈ ਲੇਕਿਨ ਇਹ ਸੰਸਥਾ ਸਾਡੀ ਕੌਮ ਦੀ ਸੰਸਥਾ ਇਸ ਸੰਸਥਾ ਲਈ ਆਪਾਂ ਸਾਂਝੇ ਤੌਰ 'ਤੇ ਕੰਮ ਕਰਨਾ ਕਿ ਉਸਾਰੂ ਕੰਮ ਕਰਨਾ ਚੰਗੀ ਸੋਚ ਲੈ ਕੇ ਕੰਮ ਕਰਨਾ ਪੰਥਕ ਕਾਜ ਕਰਨੇ ਹੈ ਇਹਦੇ 'ਚ ਕੋਈ ਦੁਬਧਾ ਨਹੀਂ ਹੋਣੀ ਚਾਹੀਦੀ ਸਾਰੇ ਰਲ ਕੇ ਸੁਝਾਅ ਵੀ ਦਿਓ ਅਤੇ ਜਿੱਥੇ ਮੇਰੀ ਕਮੀ ਹੈ ਉਹ ਵੀ ਦੱਸੋ ਮੈਨੂੰ ਖੁਸ਼ੀ ਹੈ ਕਿ ਉਹਨਾਂ ਭਰਾਵਾਂ ਨੇ ਬੜੇ ਵਡਮੁੱਲੇ ਵਿਚਾਰ ਵੀ ਦਿੱਤੇ ਅਤੇ ਸੰਤੁਸ਼ਟੀ ਵੀ ਪ੍ਰਗਟ ਕੀਤੀ ਅਤੇ ਉਹ ਆਪ ਵੀ ਜਾ ਕੇ ਬੈਠੇ ਬੀਬੀ ਜੀ ਕਰਤਾਰਪੁਰ ਕੋਰੀਡੋਰ ਨੂੰ 1 ਸਾਲ ਪੂਰਾ ਹੋ ਗਿਆ ਹਾਲੇ ਤੱਕ ਸਰਕਾਰ ਨੇ ਨਹੀਂ ਖੋਲ੍ਹਿਆ ਸਭ ਕੁਝ ਕਾਰਨ ਕੀ ਹੈ ਕਿ ਇਸ ਭਾਵਨਾ ਨੂੰ ਕਿਵੇਂ ਵੇਖਦੇ ਸਰਕਾਰ ਦੇਖੋ ਮੈਂ ਤਾਂ ਇਹ ਗੱਲ ਸਮਝਦੀ ਹਾਂ ਕਿ ਜਦੋਂ ਵੀ ਸੰਗਤ ਖੁੱਲ੍ਹਦੀ ਹੈ ਉਦੋਂ ਇਹ ਰੌਲਾ ਪੈ ਜਾਂਦਾ ਜੀ ਕੋਵਿਡ ਹੈ ਇਹ ਰੂਲਸ ਆ ਜਾਂਦੇ ਹੈ ਮੈਂ ਹੋ ਸਕਦਾ ਕਿ ਹੋਵੇ ਵੀ ਮੈਂ ਨਹੀਂ ਕਹਿੰਦੀ ਕਿ ਨਹੀਂ ਹੈਗੀ ਬਿਮਾਰੀ ਹੁੰਦੀ ਹੈ ਪਰ ਇਹ ਕਰਨਾ ਚਾਹੀਦਾ ਸਰਕਾਰਾਂ ਨੂੰ ਕਿ ਦੇਖੋ ਪਿਛਲੇ ਸਮੇਂ 'ਚ ਆਪਾਂ ਦੇਖਿਆ ਲੋਕਾਂ ਦੀ ਰੋਟੀ ਵੀ ਜਿਹੜੀ ਸੀ ਖਤਮ ਹੋ ਗਈ ਰੋਜ਼ੀ ਬੰਦ ਹੋ ਗਈ ਉਹਨਾਂ ਦੇ ਕਾਰੋਬਾਰ ਬੰਦ ਹੋ ਗਏ ਇੰਨਾ ਪਿੱਛੇ ਪੈ ਗਿਆ ਪੰਜਾਬ ਇੰਨੇ ਲੋਕਾਂ ਦੀ ਆਮਦਨ ਜਿਹੜੀ ਸੀ ਉਹ ਖਤਮ ਹੋ ਗਈ ਕਿ ਲੋਕ ਰੋਟੀ ਖਾਣ ਤੋਂ ਵੀ ਆਤਰ ਹੋ ਗਏ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਵੀ ਬੜੀ ਵੱਡੀ ਸੇਵਾ ਕੀਤੀ ਸੀਗਾ ਅਸੀਂ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਘਾਟਾ ਵੀ ਸਾਨੂੰ ਹੋਇਆ ਕਈ ਬਜਟਾਂ ਵਿੱਚ ਵੀ ਆਇਆ ਬਹੁਤ ਅੱਜ ਵੀ ਸਾਡਾ ਬਹੁਤ ਸਾਰਾ ਨੁਕਸਾਨ ਵੀ ਹੋਇਆ ਪਰ ਨਹੀਂ ਅਸੀਂ ਮਨੁੱਖਤਾ ਦੀ ਸੇਵਾ 'ਚ ਜੁਟੇ ਰਹੇ ਸੋ ਮੈਂ ਸਮਝਦੀ ਹਾਂ ਕਿ ਸਰਕਾਰ ਨੂੰ ਹਦਾਇਤਾਂ ਤਾਂ ਕਰ ਦੇਣੀਆਂ ਚਾਹੀਦੀਆਂ ਵੀ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਮਾਸਕ ਪਾ ਕੇ ਰੱਖੋ ਸੈਨੇਟਾਈਜ਼ ਦੀ ਵਰਤੋਂ ਕਰੋ ਜਿਹੜੀ ਜਿਹੜੀ ਹਦਾਇਤਾਂ ਹੁੰਦੀਆਂ ਪਰ ਜੇ ਕਹੀਏ ਵੀ ਕੋਰੀਡੋਰ ਦੀ ਗੱਲ ਹੈ ਉੱਥੇ ਤਾਂ ਵੱਧ ਤੋਂ 500-700 ਵਿਅਕਤੀ ਜਾਂਦਾ ਸੀ ਸ਼ਰਧਾਲੂ ਅਤੇ 500-700 ਨੂੰ ਪਤਾ ਹੀ ਹੁੰਦਾ ਕਿ ਅਸੀਂ ਕਿਸ ਢੰਗ ਨਾਲ ਰਹਿਣਾ ਅਤੇ ਕਿੱਦਾਂ ਜਾ ਕੇ ਇੰਨੀ ਖੁੱਲ੍ਹੀ ਆ ਥਾਵਾਂ ਨੇ ਮੱਥਾ ਟੇਕਣਾ ਜੇ ਅੱਜ ਹਰਿਮੰਦਰ ਸਾਹਿਬ 'ਚ ਹਜ਼ਾਰਾਂ ਸੰਗਤਾਂ ਆ ਸਕਦੀਆਂ ਜੇ ਬਾਕੀ ਗੁਰਦੁਆਰਿਆਂ ਸਾਰਿਆਂ 'ਚ ਸੰਗਤਾਂ ਹਜ਼ਾਰਾਂ ਆਉਂਦੀਆਂ ਅਤੇ ਉਸ ਥਾਂ ਦੇ ਉੱਤੇ ਜਾਣ ਦੀ ਬੰਦਿਸ਼ ਕਿਉਂ ਹੈ ਸਮਝ ਨਹੀਂ ਆਉਂਦੀ ਵੀ ਕਿਉਂ ਲਾਈਏ ਨਾ ਤਾਂ ਕਰੋਨਾ ਤਾਂ ਉੱਥੇ ਵੀ ਹੈ ਅਤੇ ਕਰੋਨਾ ਇੱਥੇ ਵੀ ਹੈ ਕੋਵਿਡ-19 ਤਾਂ ਉੱਥੇ ਵੀ ਹੈ ਅਤੇ ਕੋਵਿਡ-19 ਇੱਥੇ ਵੀ ਹੈ ਸੋ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਕਿਤੇ ਕੋਈ ਪਹਿਲਾਂ ਵਾਹਵਾ ਖੱਟਣ ਦੀ ਖਾਤਰ ਉਹਨਾਂ ਨੇ ਖੋਲ੍ਹ ਦਿੱਤਾ ਸੀਗਾ ਅਤੇ ਹੁਣ ਉਹਨਾਂ ਨੇ ਫੇਰ ਆ ਕੇ ਬੰਦ ਕਰ ਦਿੱਤਾ ਇਹ ਕਾਰਨ ਕੀ ਹੈ ਮੈਂ ਕੀ ਕਹਿ ਸਕਦੀ ਹਾਂ ਜੀ ਇਹ ਤਾਂ ਉਹਨਾਂ ਦੀ ਸਰਕਾਰ ਦੀ ਕੀ ਪੋਲਿਸੀ ਹੈ ਕੀ ਉਹ ਚਾਹੁੰਦੇ ਹੈ ਮੈਂ ਤਾਂ ਇਹ ਬੇਨਤੀ ਕਰ ਸਕਦੀ ਹਾਂ ਵਾਰ ਵਾਰ ਕਿ ਸਿੱਖਾਂ ਦੀਆਂ ਭਾਵਨਾ ਨੂੰ ਸੱਟ ਵੱਜਦੀ ਹੈ ਸਿੱਖ ਚਾਹੁੰਦੇ ਹੈ ਕਿ ਅਸੀਂ ਉੱਥੇ ਜਾਈਏ ਅਤੇ ਇੰਨਾ ਕੋਈ ਪਾਗਲ ਨਹੀਂ ਹੁੰਦਾ ਕਿ ਜਿਹੜਾ ਆਪਣੇ ਆਪ ਨੂੰ ਰਿਸਕ ਵਿੱਚ ਪਾ ਕੇ ਜਾਵੇ ਹਰ ਵਿਅਕਤੀ ਆਪਣੇ ਨੂੰ ਸੁਚੇਤ ਹੋ ਕੇ ਜਾਂਦਾ ਸਾਰੇ ਨੂੰ ਕੰਡੀਸ਼ਨ ਲਾ ਦੇਣੀ ਚਾਹੀਦੀ ਹੈ ਵੈਕਸੀਨੇਸ਼ਨ ਕਰਾ ਕੇ ਜਾਣ ਜਿੱਦਾਂ ਹੁਣ ਸਾਨੂੰ ਕਹਿੰਦੇ ਆ ਵਿਸਾਖ 'ਚ ਜਾਓ ਵਿਸਾਖੀ 'ਚ ਪਰ ਵੈਕਸੀਨੇਸ਼ਨ ਕਰਾਉਣੀ ਪੈਣੀ ਠੀਕ ਹੈ ਕੰਡੀਸ਼ਨ ਲੱਗ ਜਾਣੀ ਚਾਹੀਦੀ ਅਤੇ ਉੱਥੇ ਜਾ ਕੇ ਸੁਚੇਤ ਹੋ ਕੇ ਰਹਿਣ ਡਿਸਟੈਂਸ ਬਣਾ ਕੇ ਰੱਖਣ ਆਪਣਾ ਮਾਸਕ ਜਿਹੜੀਆਂ ਮਾਸਕ ਪਾ ਕੇ ਰੱਖਣ ਇਹੋ ਜਿਹੀਆਂ ਚੀਜ਼ਾਂ ਦਾ
कंडीशन लग जानी चाहिए है। मेरा ख्याल उत्थे कोई ऐदां दी प्रॉब्लम तो नहीं सरकार नूं इस गल्ल ते खोलना चाहिए, बिल्कुल खोलना चाहिए जी। मैं तो अज भी कहनी खोलना चाहिए, असीं अगे भी लिखी हुण फिर लिख दांगे। ਬੀਬੀ ਜਿੱਦਾਂ ਅਕਾਲੀ ਦਲ ਦਾ ਜਿਹੜਾ ਬੀਜੇਪੀ ਦੇ ਨਾਲ ਗੱਠਜੋੜ ਟੁੱਟਿਆ ਪਹਿਲਾਂ ਬੀਬਾ ਹਰਸਿਮਰਤ, ਤੁਹਾਨੂੰ ਲੱਗਦਾ ਕਿ ਪਹਿਲਾਂ ਪੰਜਾਬੀਆਂ ਦੀ ਜਾਂ ਸਿੱਖਾਂ ਦੀ ਜਿਹੜੀ ਆਵਾਜ਼ ਪਹੁੰਚਾਉਣ ਦੇ ਲਈ ਸਰਕਾਰ ਤੱਕ ਇੱਕ ਜ਼ਰੀਆ ਸੀ, ਉਹ ਜ਼ਰੀਆ ਖਤਮ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਇੱਕ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ, ਔਰ ਇਹ ਵੀ ਉਹਦੇ ਨਾਲ ਹੀ ਅਸੀਂ ਜੋੜ ਕੇ ਦੇਖੀਏ ਕਿ ਕਰਤਾਰਪੁਰ ਕੋਰੀਡੋਰ ਨੂੰ ਨਹੀਂ ਖੋਲਿਆ ਜਾ ਰਿਹਾ, ਤੁਸੀਂ ਚਿੱਠੀਆਂ ਵੀ ਲਿਖ ਰਹੇ ਹੋ, ਪਰ ਸਰਕਾਰ ਦੇ ਵਿੱਚ ਤੁਹਾਡਾ ਕੋਈ ਨੁਮਾਇੰਦਾ ਨਾ ਹੋਣ ਕਰਕੇ ਕਿਤੇ ਨਾ ਕਿਤੇ ਜਿਹੜਾ ਕਮਿਊਨੀਕੇਸ਼ਨ ਦੇਖੋ ਸਾਡੀ ਅਸੀਂ ਸਾਂਝ ਇਸ ਲਈ ਕੀਤੀ ਸੀ NDA ਦੇ ਵਿੱਚ, ਸਾਡੀ ਸਾਂਝ ਇਸ ਲਈ ਸੀ ਸੀ ਅਸੀਂ ਪੰਜਾਬ ਦੇ ਮਸਲੇ, ਪੰਜਾਬ ਦੇ ਲੋਕਾਂ ਦੀਆਂ ਤਕਲੀਫਾਂ, ਪੰਜਾਬ ਦੀਆਂ ਲੋੜਾਂ, ਹਰ ਵਰਗ ਦੀਆਂ ਲੋੜਾਂ, ਹਰ ਵਰਗ ਦੀ ਪਰੇਸ਼ਾਨੀ ਉੱਥੇ ਉਠਾ ਸਕੀ, ਔਰ ਉਠਾਈ, ਬੁਲੰਦ ਆਵਾਜ਼ ਕੀਤੀ, ਸਾਰੇ MPs ਨੇ ਕੀਤੀ, ਸਾਡੀ ਮਿਨਿਸਟਰ ਨੇ ਕੀਤੀ, ਔਰ ਜਿੱਥੇ ਲੋੜ ਪਈ ਉਹਨੇ ਡਿਵੈਲਪਮੈਂਟ ਵੀ ਕੀਤੀ, ਇੱਥੇ ਲਿਆ ਲੈ ਕੇ ਉੱਥੋਂ ਪੈਸਾ ਵੀ ਲਿਆ ਕੇ ਲਾਇਆ, ਪੰਜਾਬ 'ਚ ਵੀ ਲਾਇਆ। ਅਤੇ ਦੇਖੋ ਜਦੋਂ ਕੋਈ ਗੱਲ ਨਾ ਸੁਣੀ ਜਾਵੇ, ਬੜਾ ਸੀਰੀਅਸ ਮਸਲਾ ਹੋਵੇ, ਕਿਸਾਨਾਂ ਦਾ ਮਸਲਾ ਬੜਾ ਸੀਰੀਅਸ ਆ ਗਿਆ ਸੀ, ਜੋ ਕਿਸਾਨਾਂ ਦਾ ਸੀਰੀਅਸ ਮਸਲਾ ਹੱਲ ਨਹੀਂ ਸੀ ਹੋ ਰਿਹਾ, ਅਖੀਰ ਸਾਡੇ ਕੋਲ ਹੱਲ ਕੋਈ ਨਹੀਂ ਸੀ ਆਪਣਾ ਰੋਸ ਤਿਆਰ ਕਰਨ ਵਾਸਤੇ। ਸਾਡੀ ਤਾਂ ਮੰਤਰੀ ਨੇ ਇਸ ਕਰਕੇ ਕਿਹਾ ਕਿ ਜੇ ਤੁਸੀਂ, ਤੁਹਾਨੂੰ ਮੈਂ ਵਾਰ ਵਾਰ ਕਹਿ ਰਹੀ ਹਾਂ ਕਿ ਇਹ ਬਿੱਲ ਨਾ ਲਿਆਓ, 6 ਮਹੀਨੇ ਠਹਿਰ ਕੇ ਲਿਆਇਓ, ਪਹਿਲਾਂ ਕਿਸਾਨਾਂ ਨਾਲ ਗੱਲ ਕਰ ਲਓ, ਪਹਿਲਾਂ ਯੂਨੀਅਨਾਂ ਨਾਲ ਗੱਲ ਕਰ ਲਓ, ਪਹਿਲਾਂ ਜਿਹੜੇ ਕਿਸਾਨ ਪੱਖੀ ਲੋਕ ਨੇ ਉਹਨਾਂ ਨਾਲ ਗੱਲ ਕਰ ਲਓ। ਅੱਜ ਜੋ ਐਡਵਰਟਾਈਜ਼ ਕਰ ਰਹੇ ਹੈ, ਅੱਜ ਜੋ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਹੇ ਹੈ, ਇਹੀ ਪ੍ਰਚਾਰ 6 ਮਹੀਨੇ ਉੱਦਾਂ ਕਰ ਲੈਂਦੇ, ਇਹ 6 ਮਹੀਨੇ ਪਹਿਲਾਂ ਪ੍ਰਚਾਰ ਕਰ ਲੈਂਦੇ, ਤਾਂ ਜੋ ਲੋਕਾਂ ਦੀ ਕਿਰਾਏ ਬਣ ਜਾਂਦੀ, ਇੱਕ ਮਤ ਬਣ ਜਾਂਦੀ, ਅਸੀਂ ਕਿੱਥੇ ਕੁ ਰੁਕਣਾ, ਕਿੱਥੇ ਕੁ ਨਹੀਂ ਰੁਕਣਾ। ਹੁਣ ਉੱਥੇ ਆ ਕੇ ਰੋਸ ਇੰਨਾ ਆ ਗਿਆ ਕਿ ਕਿਸਾਨਾਂ ਨੇ ਵੀ ਜਿਹੜੀ ਕਹਿ ਦਿੱਤੀ ਹੈ ਵੀ ਰੱਦ ਕਰਨ ਦੀ ਗੱਲ ਆ ਗਈ। ਹੋ ਸਕਦਾ ਪਹਿਲਾਂ 2-4 ਸ਼ਰਤਾਂ ਸੀ ਜਿਹੜੀਆਂ ਪੂਰੀਆਂ ਕਰ ਦਿੰਦੇ, APMC ਦੀ ਗੱਲ ਕਰ ਲੈਂਦੇ, ਦੂਜੀ ਕਰ ਲੈਂਦੇ, ਸਰਕਾਰੀ ਮੰਡੀਆਂ ਨਾ ਮਤਲਬ ਲਾਗੂ ਕਰ ਦਿੰਦੇ। ਹੋ ਸਕਦਾ ਪਹਿਲਾਂ ਇੱਥੇ ਵੀ ਮੁੱਕ ਜਾਂਦਾ ਕੰਮ, ਜਦੋਂ ਅਸੀਂ ਪਹਿਲਾਂ ਗੱਲ ਕਹੀ ਸੀ, ਪਰ ਜਦੋਂ ਹੁਣ ਜ਼ਿਆਦਾ ਹੀ ਅੜੀਅਲ ਵਤੀਰਾ ਹੋ ਗਿਆ ਤੇ ਗੱਲ ਜਿਹੜੀ ਉਹ ਵੱਧ ਗਈ, ਪੂਰੇ ਦੇਸ਼ ਦੀ ਗੱਲ ਆ। ਬੀਜੇਪੀ ਦੇ ਆਪਣੇ ਵੀ ਤਾਂ ਬਹੁਤ ਸਾਰੇ ਲੀਡਰ ਨੇ, ਕੀ ਫਿਰ ਉਹਨਾਂ ਦੀ ਭੂਮਿਕਾ ਜਿਹੜੀ ਉਹ ਸਹੀ ਨਹੀਂ ਰਹੀ ਉਹਨਾਂ ਦੀ ਇਸ ਮਾਮਲੇ ਦੇ ਵਿੱਚ? ਦੇਖੋ ਜੀ, ਉਹ ਤੇ ਜਦੋਂ ਤੇ ਬਾਦਲ ਸਾਹਿਬ ਨੇ ਅਸਤੀਫਾ ਬੋਲੇ ਸੀਗੇ, ਬੀਬਾ ਜੀ ਨੇ ਅਸਤੀਫਾ ਦਿੱਤਾ, ਬਾਹਰ ਆ ਕੇ ਘੱਟੋ ਘੱਟ 60 ਮੈਂਬਰ ਪਾਰਲੀਮੈਂਟ ਜਿਹੜੇ ਸੀ ਉਹ ਵਧਾਈਆਂ ਦੇਣ ਆ ਗਏ, 60 ਚਾਹੁੰਦੇ ਉਹ ਵੀ ਹੈ, ਪਰ ਕਿਉਂ ਮਜਬੂਰ ਹੈ ਇਸ ਗੱਲ ਦਾ ਨਹੀਂ ਪਤਾ, ਚਾਹੁੰਦੇ ਉਹ ਵੀ ਹੈ ਕਿ ਕਿਸਾਨਾਂ ਦਾ ਭਲਾ ਹੋਵੇ, ਉਹ ਕਹਿੰਦੇ ਸੀਗੇ ਉਸ ਵੇਲੇ, ਪਰ ਹੁਣ 60 ਨਾਲ ਨਾ ਗੱਲ ਬਣਦੀ, ਤਾਂ ਸੀ ਨਾ ਕਿ ਉਹ ਉਸ ਵੇਲੇ ਫਿਰ ਜਦੋਂ ਇਹ ਵਿਰੋਧ 'ਚ ਬੋਲੇ ਸੀ ਉਹ ਵੀ ਬੋਲ ਪੈਂਦੇ, ਜੇ ਕਾਂਗਰਸ ਸੀ ਜਿਹੜੀ, ਕਾਂਗਰਸ ਦੇ ਕੋਲ ਵੀ ਜਿਹੜੇ ਹੈਗੇ ਸੀ MP ਉਹ ਵੀ ਵਿਰੋਧ 'ਚ ਆ ਜਾਂਦੇ। ਹੁਣ ਰਾਜ ਸਭਾ ਦੇ ਵਿੱਚ, ਰਾਜ ਸਭਾ 'ਚ ਕਾਂਗਰਸ ਕੋਲ ਮੈਜੋਰਟੀ ਹੈ, ਇਹਨਾਂ ਕੋਲ ਮੈਜੋਰਟੀ ਨਹੀਂ ਸੀ, ਜੇ ਕਿਤੇ ਰਾਜ ਸਭਾ ਦੇ ਵਿੱਚੋਂ ਸਾਰੇ ਕਾਂਗਰਸ ਦੇ MP ਉੱਠ ਪੈਂਦੇ, ਵਿਰੋਧ ਕਰ ਜਾਂਦੇ, ਤਾਂ ਸ਼ਾਇਦ ਪਾਸ ਹੀ ਨਾ ਹੁੰਦਾ। ਸੋ ਇਹ ਚੀਜ਼ਾਂ ਕਈ ਤਾਂ ਜਿਹੜੇ ਪਾਰਲੀਮੈਂਟ ਦੇ ਵਿੱਚ ਮੈਂਬਰ ਹੈ, ਜਿੱਦਾਂ ਕਾਂਗਰਸ ਦੇ ਹੋ ਗਏ, ਦੂਜੀਆਂ ਪਾਰਟੀਆਂ ਹੋ ਗਈਆਂ, ਜਾਂ BJP ਦੇ ਜਿਹੜੇ ਇਹ ਸੁਰ ਰੱਖਣ ਵਾਲੇ ਸੀ, ਉਸ ਵੇਲੇ ਤਾਂ ਵਿਰੋਧ ਕੀਤਾ ਨਹੀਂ, ਜੇ ਵਿਰੋਧ ਕਰਦੇ ਤਾਂ ਹੋ ਸਕਦਾ ਨਾ ਹੀ ਹੁੰਦਾ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਅਕਾਲੀ ਦਲ ਆਪਣੀ ਜ਼ਿੰਮੇਵਾਰੀ ਸਮਝਦਾ ਕਿ ਅਸੀਂ ਜੋ ਕਿਸਾਨਾਂ ਦੀ ਕਰ ਸਕਦੇ ਕਰੀਏ, ਔਰ ਉਹ ਕੀਤਾ, ਵਿਰੋਧ ਵੀ ਕੀਤਾ, ਅਤੇ ਉਹਨਾਂ ਨੇ ਉੱਥੋਂ ਕੁਰਸੀ ਇਸ ਕਰਕੇ ਛੱਡੀ ਕਿ ਜੇ ਸਾਡੀ ਇੱਥੇ ਸੁਣਵਾਈ ਨਹੀਂ ਤਾਂ ਮੈਂ ਕੈਬਨਿਟ ਵਿੱਚ ਦੋਸ਼ੀ ਨਹੀਂ ਬਣਨਾ। ਨਗਰ ਕੀਰਤਨ 20 ਮਾਰਚ ਨੂੰ ਤਿਆਰੀ ਚੱਲ ਰਹੀ ਹੈ, ਰੂਟ ਤਿਆਰ ਹੋ ਗਿਆ, ਪੂਰੀਆਂ ਡਿਊਟੀਆਂ ਲੱਗ ਚੁੱਕੀਆਂ, ਔਰ ਉਸ ਰੂਟ ਦੇ ਉੱਤੋਂ ਗੁਰੂ ਕੇ ਮਹਿਲ ਤੋਂ ਚੱਲ ਕੇ ਨਗਰ ਕੀਰਤਨ ਸਾਰੇ ਜਿੱਥੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਯਾਤਰਾ ਕੀਤੀ ਹੈ ਉੱਥੋਂ ਦੀ ਚੱਲ ਕੇ ਦਿੱਲੀ ਪਹੁੰਚੇਗਾ, ਦਿੱਲੀ ਤੋਂ ਫਿਰ ਵਾਪਸ ਅਨੰਦਪੁਰ ਸਾਹਿਬ, ਉਹਨਾਂ ਦਾ ਸੀਸ ਵੀ ਆਇਆ ਸੀਗਾ, ਉੱਥੇ ਆ ਕੇ ਅਸੀਂ ਸਮਾਪਤੀ ਕਰਾਂਗੇ। ਜਿਹੜੀ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ, ਗਾਈਡਲਾਈਨ ਦੇ ਮੱਦੇਨਜ਼ਰ ਕਿਸੇ ਤਰ੍ਹਾਂ ਜੀ ਅਸੀਂ ਕਹਾਂਗੇ ਕਿ ਕੋਵਿਡ ਜਿਹੜਾ ਉਹਦਾ ਧਿਆਨ ਰੱਖਿਆ ਜਾਵੇ। ਹੁਣ ਦੇਖੋ, ਗੁਰੂ ਘਰ ਦੇ ਵਿੱਚ ਅਸੀਂ ਸ਼ਤਾਬਦੀ ਵੀ ਮਨਾਉਣੀ ਹੈ, ਸ਼ਤਾਬਦੀ ਮੰਨਣੀ ਹੈ, ਅਸੀਂ ਗੁਰੂ ਘਰ 'ਚ ਬੁਲਾਉਣੀ ਹੈ ਸੰਗਤ ਨੂੰ। ਇਹੀ ਹੈ ਕਿ ਸੈਨੇਟਾਈਜ਼ ਦਾ ਪ੍ਰਬੰਧ ਕੀਤਾ ਜਾਏਗਾ, ਮਾਸਕ ਦੇ ਪ੍ਰਬੰਧ ਕੀਤੇ ਜਾਣਗੇ, ਜਾਂ ਉਹਨਾਂ ਨੂੰ ਸੋਸ਼ਲ ਡਿਸਟੈਂਸ ਵੀ ਕੀਤਾ ਜਾਏਗਾ। ਪਰ ਜੇ ਕਹੀਏ ਅਸੀਂ ਇਸ ਸ਼ਤਾਬਦੀ ਨੂੰ ਅਸੀਂ ਸ਼ਾਨੋ ਸ਼ੌਕਤ ਨਾਲ ਨਾ ਮਨਾਈਏ, ਤਾਂ ਸਾਡਾ ਗੁਰੂ ਵਾਸਤੇ ਤਾਂ ਸਾਡੀ ਸੱਚੀ ਗੱਲ ਸਭ ਕੁਝ ਵੀ ਖਤਮ ਹੋ ਜਾਏ, ਅਸੀਂ ਤਾਂ ਪ੍ਰਵਾਹ ਨਹੀਂ ਕਰਦੇ। ਬੀਬੀ ਜੀ, ਅਕਾਲੀ ਦਲ ਵੱਲੋਂ ਤਾਬੜਤੋੜ ਰੈਲੀਆਂ ਕੀਤੀਆਂ ਜਾਣਗੀਆਂ, ਬਾਦਲ ਸਾਹਿਬ ਨੇ ਆਪਣੀ ਟਿਕਟ ਅਨਾਊਂਸ ਕੀਤੀ, ਵਲਟੋਆ ਸਾਹਿਬ ਦੀ ਵੀ ਟਿਕਟ ਅਨਾਊਂਸ ਕਰਤੀ ਹੈ, ਕਿਆ ਤੁਸੀਂ ਵੀ ਟਿਕਟ ਆਪਣੀ ਅਨਾਊਂਸ ਕਰਵਾਓਗੇ ਜੀ ਕੀ ਰੈਲੀ ਕਰਕੇ? ਨਹੀਂ, ਅਸੀਂ ਟਿਕਟ ਅਨਾਊਂਸ ਕਰਨ ਵਾਸਤੇ ਨਹੀਂ ਰੈਲੀਆਂ ਕਰ ਰਹੇ ਜੀ। ਰੈਲੀਆਂ ਕੀਤੀਆਂ ਜਾ ਰਹੀਆਂ ਸੰਗਤਾਂ ਨੂੰ ਇਹ ਦੱਸਣ ਲਈ, ਲੋਕਾਂ ਨੂੰ, ਕਿ ਪੰਜਾਬ ਸਰਕਾਰ ਨੇ ਜੋ 4 ਸਾਲ ਪਹਿਲਾਂ ਝੂਠ ਬੋਲ ਕੇ ਸਰਕਾਰ ਬਣਾਈ ਸੀ, ਧੋਖਾ ਕੀਤਾ ਸੀ, ਅੱਜ ਤੱਕ ਇੱਕ ਵੀ ਗੱਲ ਜਿਹੜੀ ਹੈ ਉਹ ਨਹੀਂ ਪੂਰੀ ਕੀਤੀ। ਪੰਜਾਬ ਦੇ ਲੋਕ ਅੱਜ ਜਵਾਬ ਮੰਗਦੇ ਹੈ ਕਿਹੜੀਆਂ ਚੀਜ਼ਾਂ ਦੇ, ਉਹ ਦੱਸਣ ਵਾਸਤੇ। ਇਹ ਤਾਂ ਪ੍ਰਧਾਨ ਸਾਹਿਬ ਦੀ ਵਡਿਆਈ ਹੈ ਜਾਂ ਪ੍ਰਧਾਨ ਸਾਹਿਬ ਦੀ ਖੁਸ਼ੀ ਹੈ ਕਿ ਉਹ ਉੱਥੇ ਆ ਕੇ
कहते हैं कि आने वाली चोन यह कैंडीडेट लड़ेगा जी। मैंबरों भी टिकटा देनिया चाहिए क्योंकि धर्म से राजनीति से कौम चल रही है। देखो जोड़ा कैंडीडेट उ चोन लड़ना चाहता है वह अपनी अपील करता है, प्रधान जी सुनते हैं वह की दायरा वै वह की आधार है वह की लोगों के अक्स कि लोगों के कौन जित सकता। हमेशा टिकट उन्होंने दिती जाती है जोड़ा लोगों आधार रखता हो, अपना लोगों इमेज रखता हो और उसनों चोन चोन लड़ के जित के जोड़े पार्टी दिती है। चंगी गल है जी, मिलती है। मैं भी तो मैंबर एस जी पी सी, मैनू भी मिली है। चलो ये तो पार्टी ने जिन्हों देनी देंगे जी, ये पार्टी तो होंगे जिन्हू चोन लड़ाएंगे मैनू कह मैं लड़ लाँगी, जिन्हू कह भाई होर किसी दे दें मैं वो भी लड़ लेगा जी। पर उस सीट पर ज़्यादातर नज़र इस करके क्योंकि कुछ काफ़ी दिनों तो चर्चा भी एक छिड़ी हुई थी कि कैरम साहब कहते मैं हलका खेमकरन तो टिकट लड़नी है और उस विचाले अच्छ सुखबीर बादल जी ने स्टेज तो ऐलान। देखो ये प्रधान जी की जिम्मेवारी टिकटा देना, मेरी जिम्मेवारी नहीं है। ये प्रधान जी ने वेखना कि टिकट किनू देनी है। इच्छुक मैं तो सदा सेवादार हैं जी, जिन्हों टिकट दे देंगे असं जो हुक्म करते अं चोन लड़ ली थी। बाबा बकाला साहब विखे धन गुरु तेग बहादुर साहब जी 26 साल 9 महीने 13 दिन रहे। उन्हों की शताब्दी जी है बड़े लैवल के उत्ते जिथे बनाई जानी है, इतने 1 मई को लगातार 28, 29, 30 पहली मई को अमृतसर साहब विखे गुरु के महल क्योंकि उन्हें प्रकाश होया सी इत्थे समागम किया जाना। वो सारे का पहला प्रचार करने वास्ते संगतां नूं सुनेहा देने वास्ते वख-वख थावां दे उत्ते जिथे उन्होंने ज़्यादा समा गुजारे है जिथे इतिहासक उन्होंने स्थान है उत्थे किए जा रहे। 16, 17, 18 मार्च नूं बहुत वड्डे समागम तकरीबन 5,000 तो वध कल नूं पाठ बोध समागम सहज पाठ के समागम पाठां दे भोग पैणगे। पहला फिर गुरमत समागम होएगा, रागी ढाडी प्रचारक उत्थे प्रचार करेंगे। 17 तरीक नूं माता गुजरी जी के नाँ के उत्ते उत्थे सम्मेलन किया जा रहा, इस्तरी सम्मेलन वो भी एक मिसाल होएगी। बड़ी गिनती च उत्थे बीबियां पहुँच रही और गुरु के महलां दा गुरु विच गुरु घर विच सिख कौम दे विच कोई कुरबानियां जो शहादतां जो इतिहास में हिस्सा पाया सिख बीबियां ने उन्हां दा रोल जिहड़ा उत्थे दोहराया जाएगा। 18 तरीक नूं वड्डा गुरमत समागम है जिथे बेशुमार संगतां उत्थे पहुँचनगियां। इस तरह 24, 25, 26, 27, 28, 29 वो आनंदपुर साहब विखे इस तरह के समागम रचे गए। इस तरह के तख्त श्री दमदमा साहब सो चार पाँच दिन के प्रोग्राम जड़े है इन्ने लार्ज स्केल पर उलीके गए है। वाहिगुरु कृपा करे कि समागमों के नाल घर घर अंदर धर्मसार होवे, कीर्तन सदा बसोआ, सारे घर गुरु तेग बहादुर साहब जी के जीवन का सुनेहा उन्हों की कुरबानी उन्हों की बाणी बार बार दोहराई जाएगी। और इस गल की भी मैं खुशी हो रही है कि मैंबर ने मंग के किया कि सारे हल्कों के एक एक वड्डा वड्डा गुरमत समागम जो श्रोमणी गुरुद्वारा प्रबंधक कमेटी वालों किया जाएगा। चंगे प्रयास किए गए हैं। एक मैनेजर हरिमंदर साहब के मैनेजर से उन्होंने उत्ते कार्रवाई की गई की है जी मसला? देखो मसला साढ़े कोई आएगा असं घोक के जिहड़ा गलत होएगा उत्ते कार्रवाई करते हैं। किसी मसला किसी के थोड़ा कोई कुताही होवे जड़ी काम दे विच, ये कोई जरूरी नहीं हुंदा कि सारे निक्के निक्के मसले मैं तुहानू दस रहे हुंदे हैं। जिहड़ा मसला साढ़े नज़र च आ गया असीं देखिया ये साढ़े खिलाफ साढ़े प्रबंध के खिलाफ है आपां एक्शन लै लिया। एक मैनेजर नूं सस्पेंड किया, उहदा हैडक्वार्टर केसगढ़ साहब बनाया, दूजे मैनेजर नूं असीं फाइन लाता जिहड़ी कुताही सी जिहदी। भविख च कोई नहीं बख्शा जाएगा जो गलती करेगा, बस जस्टिस होएगा, सख्त कार्रवाई होएगी जो मुलाजम गलती करेगा और जे जो काम करेगा ईमानदारी के नाल उन्हें शाबाश भी मिलेगी।